ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਮੰਤਰੀ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ, ਕਿਉਂਕਿ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੰਗ ਦੇ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਲਈ ਵੱਡੀ ਰਾਹਤ ਦਿੰਦੇ ਹੁੰਦੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਰੋੜਾਂ ਰੁਪਏ ਦਿੰਦੇ ਨਜ਼ਰ ਆਉਂਦੇ ਨੇ ਉਹਨਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ, ਉੱਥੇ ਹੀ ਉਹਨਾਂ ਦੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਦਾ ਇੱਕ ਵੱਡਾ ਕਾਰਨਾਮਾ ਸਾਹਮਣੇ ਆਇਆ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਨ ਉਪਰੰਤ ਰੱਖਿਆ ਸਿਵਾਬਾ ਭਲਾਈ ਪੰਜਾਬ ਦੇ ਮੰਤਰੀ ਬਣੇ ਫੌਜਾ ਸਿੰਘ ਸਰਾਰੀ ਨੇ ਜੰਗ 'ਚ ਸ਼ਹੀਦ ਹੋਏ ਪਰਿਵਾਰਾਂ, ਵਿਧਵਾ ਅਤੇ ਉਹਨਾਂ ਦੇ ਬੱਚਿਆਂ ਦੇ ਨਾਲ ਨਾਲ ਜੰਗ 'ਚ ਅਪੰਗ ਹੋਏ ਸੈਨਿਕਾਂ ਦੀ ਸਹਾਇਤਾ ਲਈ ਇਕੱਠਾ ਕੀਤਾ ਜਾਂਦਾ ਝੰਡਾ ਦਿਵਸ ਫੰਡ, ਜੋ ਸਕੂਲੀ ਬੱਚਿਆਂ, ਕਾਲਜ, ਯੂਨੀਵਰਸਿਟੀ ਅਤੇ ਹੋਰ ਅਦਾਰਿਆਂ ਤੋਂ ਤੁਲ ਫੁੱਲ ਕਰਕੇ ਇਕੱਤਰ ਕੀਤਾ ਜਾਂਦਾ ਸੀ, ਉਸ ਫੰਡ ਨੂੰ ਵੀ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਵਰਤ ਲਿਆ ਗਿਆ ਹੈ। ਇਹ ਵੱਡੀ ਖਬਰ ਇੱਕ ਵੱਡੇ ਅਖਬਾਰ ਦੇ ਵਿੱਚ, ਪੰਜਾਬੀ ਅਖਬਾਰ ਦੇ ਵੱਡੇ ਖਬਰ ਇਹ ਸਾਹਮਣੇ ਆਈ ਹੈ। ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਸਿਆਸੀ ਹਿੱਤਾਂ ਲਈ ਨਿਯਮਾਂ ਨੂੰ ਛਿੱਕੇ ਟੰਗ ਕੇ ਰੱਖਿਆ ਸਿਵਾਬਾ ਭਲਾਈ ਪੰਜਾਬ ਅਧੀਨ ਇਕੱਤਰ ਹੋਏ ਇਸ ਫੰਡ ਵਿੱਚੋਂ ਕਰਜ਼ ਲੈ ਕੇ ਜਹਾਜ਼ ਦੀਆਂ ਟਿਕਟਾਂ ਖਰੀਦੀਆਂ ਗਈਆਂ ਸਨ। ਗੁਜਰਾਤ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਤੋਂ ਇੱਕ ਦਿਨ ਬਾਅਦ 9 ਦਸੰਬਰ 2022 ਨੂੰ ਅਹਿਮਦਾਬਾਦ ਜਹਾਜ਼ ਰਾਹੀਂ ਜਾਣ ਲਈ ਏਅਰ ਟਿਕਟ ਯੂਨੀ ਗਲੋਬ ਸ਼ੇਰਗਿੱਲ ਟਰੈਵਲ ਤੋਂ 39,900 ਰੁਪਏ 'ਚ ਦੋ ਟਿਕਟਾਂ ਖਰੀਦੀਆਂ ਗਈਆਂ ਸਨ। ਫੌਜਾ ਸਿੰਘ ਸਰਾਰੀ ਦੇ ਜਵਾਨੀ ਹੁਕਮਾਂ 'ਤੇ ਇਸ ਫੰਡ ਨੂੰ ਖਰਚਣ ਲਈ ਪ੍ਰਵਾਨਗੀ ਤੋਂ ਬਾਅਦ ਹੁਣ ਲਗਭਗ 2 ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ, ਪਰ ਅਜੇ ਤੱਕ ਕੋਈ ਵਸੂਲੀ ਨਹੀਂ ਕੀਤੀ ਗਈ। ਇਸ ਸੰਬੰਧੀ ਡਿਪਟੀ ਡਾਇਰੈਕਟਰ ਨੇ 6 ਜੂਨ 2023 ਨੂੰ ਫੌਜਾ ਸਿੰਘ ਸਰਾਰੀ ਨੂੰ ਇੱਕ ਪੱਤਰ ਲਿਖ ਕੇ ਖਰਚ ਰਾਸ਼ੀ ਵਾਪਸ ਕਰਨ ਲਿਖਿਆ ਸੀ। ਇਸ ਦੇ ਬਾਵਜੂਦ ਅਜੇ ਤੱਕ ਫੌਜਾ ਸਿੰਘ ਸਰਾਰੀ ਵੱਲੋਂ ਕੋਈ ਵੀ ਅਦਾਇਗੀ ਨਹੀਂ ਕੀਤੀ ਗਈ। ਫੌਜਾ ਸਿੰਘ ਸਰਾਰੀ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਹੁਣ ਇਸ ਵਿਭਾਗ ਦੇ ਮੰਤਰੀ ਚੇਤਨ ਸਿੰਘ ਫੌਜਾ ਸਿੰਘ ਸਰਾਰੀ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਇਹ ਮੰਤਰੀ ਪਦ ਤੋਂ ਅਸਤੀਫਾ ਦੇ ਚੁੱਕੇ ਹਨ। ਹੁਣ ਇਸ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ 2 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਅਜੇ ਤੱਕ ਇਹ ਫੰਡ ਵਾਪਸ ਕਿਉਂ ਨਹੀਂ ਕਰਵਾਏ ਗਏ। ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਕੱਟੜ ਇਮਾਨਦਾਰ ਸਰਕਾਰ ਹੈ, ਲਗਾਤਾਰ ਮੁੱਖ ਮੰਤਰੀ ਸਾਹਿਬ ਭ੍ਰਿਸ਼ਟਾਚਾਰ ਰਹਿਤ ਕਰਨ ਦੀ ਗੱਲ ਕਰ ਰਹੇ ਨੇ, ਸੂਬੇ ਨੂੰ ਵੱਖ ਵੱਖ ਸਮੇਂ ਦੇ ਉੱਪਰ ਵੱਖ ਵੱਖ ਵੱਡੇ ਨਿਰਦੇਸ਼ ਵੀ ਦਿੱਤੇ ਗਏ ਨੇ, ਲੇਕਿਨ ਹੁਣ ਭ੍ਰਿਸ਼ਟਾਚਾਰ ਦੇ ਤਹਿਤ ਹੀ ਜੋ ਮੰਤਰੀ ਪਦ ਗੁਆ ਚੁੱਕੇ ਫੌਜਾ ਸਿੰਘ ਸਰਾਰੀ ਵੱਲ ਸ਼ਹੀਦਾਂ ਦੇ ਫੰਡ ਦਾ ਪੈਸਾ ਪਿਆ, ਆਖਰ 2 ਸਾਲ ਬੀਤਣ ਤੋਂ ਬਾਅਦ ਵੀ ਉਹ ਪੈਸਾ ਵਸੂਲ ਕਿਉਂ ਨਹੀਂ ਕੀਤਾ ਗਿਆ। ਦੱਸ ਦਈਏ ਕਿ ਇਸ ਸੰਬੰਧ ਦੇ ਵਿੱਚ ਡਿਪਟੀ ਡਾਇਰੈਕਟਰ ਵੱਲੋਂ ਵੀ ਸਾਬਕਾ ਮੰਤਰੀ ਨੂੰ ਪੱਤਰ ਲਿਖਿਆ ਜਾ ਚੁੱਕਿਆ, ਲੇਕਿਨ ਫਿਰ ਵੀ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ। ਆਖਿਰ ਕਾਰਵਾਈ ਕਿਉਂ ਨਹੀਂ ਹੋਈ, ਇਹ ਵੀ ਹੁਣ ਪੰਜਾਬ ਸਰਕਾਰ ਦੇ ਵੱਲ ਵੱਡੇ ਸਵਾਲ ਨੇ। ਇੱਕ ਪਾਸੇ ਜਿੱਥੇ ਸ਼ਹੀਦਾਂ ਨੂੰ ਸਹਾਇਤਾ ਦੇ ਨਾਮ ਦੇ ਉੱਪਰ ਕਰੋੜਾਂ ਰੁਪਏ ਪੰਜਾਬ ਸਰਕਾਰ ਦੇ ਰਹੀ ਹੈ, ਜੰਗ ਦੇ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਕਰੋੜਾਂ ਰੁਪਏ ਪੰਜਾਬ ਸਰਕਾਰ ਦੇ ਰਹੀ ਹੈ, ਉੱਥੇ ਹੀ ਸ਼ਹੀਦਾਂ ਦੇ ਲਈ, ਉਹਨਾਂ ਦੇ ਪਰਿਵਾਰ ਦੇ ਲਈ, ਸ਼ਹੀਦਾਂ ਦੇ ਵਿਧਵਾਵਾਂ ਦੇ ਲਈ ਅਤੇ ਅਪੰਗ ਹੋਏ ਜੋ ਸੈਨਿਕ ਜੰਗ ਦੇ ਦੌਰਾਨ ਆਪਣੀ ਡਿਊਟੀ ਦੌਰਾਨ ਅਪੰਗ ਹੋ ਜਾਂਦੇ ਨੇ, ਉਹਨਾਂ ਦੇ ਲਈ ਜੋ ਤਿਲ ਫੁੱਲ ਇਕੱਠਾ ਕੀਤਾ ਗਿਆ ਸੀ, ਫੰਡ ਇਕੱਠਾ ਕੀਤਾ ਗਿਆ ਸੀ, ਉਸ ਦੇ ਵਿੱਚੋਂ ਹੀ ਖਰਚ ਕੀਤੇ ਗਏ ਪੈਸੇ
ਜੋ ਕਿ ਹਵਾਈ ਜਹਾਜ਼ ਦੀ ਟਿਕਟਾਂ ਖਰੀਦਣ ਲਈ ਖਰਚ ਕੀਤੇ ਗਏ ਸੀਗੇ, ਆਖਰ ਉਹਨਾਂ ਦੀ ਵਸੂਲੀ ਹੁਣ ਤੱਕ ਕਿਉਂ ਨਹੀਂ ਹੋਈ? ਕਦੋਂ ਹੋਏਗੀ ਇਹਨਾਂ ਦੀ ਵਸੂਲੀ? ਵਸੂਲੀ ਹੋਏਗੀ ਵੀ ਜਾਂ ਫਿਰ ਨਹੀਂ? ਜਾਨਾਂ ਲਈ ਬਣੇ ਰਹੋ ਔਰ ਜਾਨਾਂ ਲੋਕ ਨਾ ਟੀਵੀ ਦੇ ਨਾਲ।